सत श्रीकाल दोस्तों, तुम देख रहे हो जगबाणी टीवी, तो मैं परमदीप राणा। अज 29 मई है, सिद्धू मूसेवाला नूं याद करन दे लई हर एक व्यक्ति जो सिद्धू नूं चाहुंदा है वो इत्थे पहुँच रहा है। यादगार ते मौजूद हाँ पिंड मूसे, जिथे शरदा दे फुल भेट किए जा रहे हैं। चाहे वह बच्चा होवे, चाहे बुढ़ा होवे, चाहे नौजवान होवे, हर उम्र के जिहड़े सिद्धू दे फैन ने पहुँचे ने। गलबात भी करांगे, पर हर एक अख नाम है। अज माता जी किहड़ी जगह ते पहुँचे हो? ਅਸੀਂ ਮੂਸਾ ਪਿੰਡ। ਅੱਛਾ, ਲੋਕਲ ਹੀ ਹੋ ਤੁਸੀਂ? ਹਾਂਜੀ, ਨਹੀਂ ਅਸੀਂ ਬਠਿੰਡੇ ਤੋਂ ਆਏ ਹਾਂ ਜੀ। ਅੱਛਾ, ਤੇ ਮੂਸੇ ਪਿੰਡ ਆਏ ਹੋਏ ਹਾਂ ਅਸੀਂ। ਅੱਛਾ, ਕਿਵੇਂ ਦੇਖਦੇ ਹੋ, 1 ਸਾਲ ਹੋ ਗਿਆ ਸਿੱਧੂ ਨੂੰ ਗਏ ਨੂੰ? ਬਹੁਤ ਮਹਿਸੂਸ ਕਰਦੇ ਆ ਜੀ ਅਸੀਂ ਤਾਂ। ਹੂੰ, ਅੱਖਾਂ ਹੀ ਜਾਵੜੀਆਂ ਜੀ ਇਸ ਤਰ੍ਹਾਂ ਨੈਟ ਤੋਂ ਦੇਖ ਦੇਖ ਕੇ। ਅੱਛਾ, ਮੂਸੇ ਦੇ ਸਿੱਧੂ ਦੀਆਂ ਬਾਲਾ ਦੇਖਦੀ ਆ ਅਸੀਂ ਤਾਂ। ਹਾਂ ਜੀ, ਬਹੁਤ ਜ਼ਿਆਦਾ ਦੇਖਦੇ ਆ ਜੀ। ਉਹ ਦਾ ਚਿਹਰਾ ਦੇਖਿਆ ਤੁਸੀਂ ਵੀ? ਬਹੁਤ ਸਹਿਣ ਨਹੀਂ ਹੁੰਦਾ ਜੀ। ਅਸੀਂ ਕੀ ਅਜਿਹਾ ਕੀ ਸੀ ਵੀ ਸਾਰਿਆਂ ਦੇ ਦਿਲਾਂ ਤੇ ਖਿੱਚ ਪਾਈ ਬੈਠਾ ਸਿੱਧੂ? ਬੈਠਾ ਜੀ ਸਾਰਿਆਂ ਦੇ। ਕੀ ਸੀਗਾ ਅਜਿਹਾ ਉਹ ਚ? ਬੱਚਿਆਂ ਨਾਲ ਵੀ ਜ਼ਿਆਦਾ ਪਿਆਰ ਆਉਂਦਾ ਜੀ, ਬਹੁਤ ਜ਼ਿਆਦਾ। ਹੂੰ, ਕੁਝ ਕਹਿ ਨਹੀਂ ਸਕਦੇ ਜੀ। ਹੁਣ ਮਤਾ ਜੀ 1 ਸਾਲ ਹੋ ਗਿਆ, ਕੀ ਕਿੰਨਾ ਕੁ ਮਹਿਸੂਸ ਹੋਇਆ ਵੀ ਅੱਜ ਪਹੁੰਚੇ ਹੋ? ਦੇਖੋ ਇਕੱਠ ਇੰਨਾ ਕੋਈ ਵੀ ਨਹੀਂ ਯਾਦ ਕਰਦਾ 1 ਮਹੀਨੇ ਤੋਂ ਵੱਧ ਕਿਸੇ ਕਲਾਕਾਰ ਨੂੰ। ਹਾਂਜੀ, ਸਾਨੂੰ ਸਾਲ ਹੋ ਗਿਆ ਆਉਂਦੇ ਨੂੰ ਇੱਥੇ। ਹੂੰ, ਤੁਹਾਡੇ ਨਾਲ ਪਹਿਲਾਂ ਵੀ ਮੇਰੀ ਵੀਡੀਓ ਬਣੀ ਵੀ ਹੈਗੀ। ਹੂੰ, ਸਾਲ ਪੂਰਾ ਹੋ ਗਿਆ ਸਾਨੂੰ ਇੱਥੇ। ਅੱਛਾ, ਕੋਈ ਇਨਸਾਫ ਨਹੀਂ ਮਿਲਿਆ ਹੈਗਾ। ਅਸੀਂ ਰਾਜਪੁਰੇ ਤੋਂ ਆਉਂਦੇ ਹਾਂ, ਹਰ ਸੰਡੇ ਆਉਂਦੇ ਹਾਂ, ਕੱਲ੍ਹ ਨਹੀਂ ਆ ਹੋਇਆ ਹੈਗਾ, ਅਤੇ ਕੀ ਇਨਸਾਫ ਮਿਲਣਾ ਸੰਤ ਸਾਲ 'ਚ? ਕੁਛ ਨਹੀਂ ਇਨਸਾਫ ਮਿਲਿਆ। ਆਏ ਹਾਂ ਅਤੇ ਅਸੀਂ ਰੋਕ ਕੇ ਲੰਘ ਜਾਂਦੇ ਹੈਗੇ, ਬਸ ਆਉਂਦੇ ਹਾਂ ਅਤੇ ਰੋਕ ਕੇ ਲੰਘ ਜਾਂਦੇ ਹੈਗੇ। ਕੋਈ ਵੀ ਇਨਸਾਫ ਨਹੀਂ ਦੇ ਰਹੀ ਸਰਕਾਰਾਂ ਸਾਨੂੰ। ਕੀ ਦਿਲ 'ਚ ਹੈਗਾ ਉਹਨਾਂ? ਹੁਣੀ ਆਏ ਹੋ ਤੁਸੀਂ? ਮੈਂ ਸਵੇਰੇ 10:30 ਵਜੇ ਆ ਗਈ ਸੀ, ਗੁਰਦੁਆਰੇ ਗਈ ਸੀ ਉੱਧਰ। ਫੋਟੋ ਦੇਖ ਕੇ ਕੀ ਮਹਿਸੂਸ ਹੁੰਦਾ ਆ? ਜੀ ਇਹ ਤਾਂ ਦੇਖੇ ਨਹੀਂ ਹੁੰਦਾ ਜੀ, ਬਹੁਤ ਬੁਰਾ ਹਾਲ ਹੈਗਾ। ਸਰ ਰਾਤ ਨੀਂਦਰ ਨਹੀਂ ਪੈਂਦੀ ਹੈਗੀ ਸਾਨੂੰ, ਆਪਦੇ ਬੱਚਿਆਂ ਕਨੀ ਇੰਨਾ ਜਿੰਨਾ ਸਾਨੂੰ ਆਪਣੇ ਦਿਲੋਂ ਵਸਿਆ ਵਾ ਹੈ। ਇੱਕ ਕਲਾਕਾਰ ਦਾ ਇੰਨਾ ਜ਼ਿਆਦਾ ਦਿਲਾਂ 'ਤੇ ਰਾਜ ਕਰਨਾ, ਦਿਮਾਗ 'ਤੇ ਛਾ ਜਾਣਾ, ਤੁਹਾਡੀ ਅੱਖਾਂ ਦੇ ਵਿੱਚ ਹੰਝੂ ਨੇ, ਸਾਫ ਦੱਸ ਰਹੇ ਨੇ, ਦਿਖ ਵੀ ਰਹੇ ਨੇ, ਅਤੇ ਇਹ ਦਰਦ ਇੰਨਾ, ਮਤਲਬ ਇੰਨੀ ਅਟੈਚਮੈਂਟ ਹਰ ਇੱਕ ਬੰਦੇ ਨਾਲ ਕਿਵੇਂ ਕਰ ਲਈ ਉਹਨੇ? ਪਰ ਰੱਬ ਵੱਲੋਂ ਹੀ ਹੈ ਜੀ। ਉਹ ਕਿਹੜਾ ਇੱਕ ਕਲਾਕਾਰ ਤੱਕ, ਪਤਾ ਨਹੀਂ ਕਿਹੜੀ ਹਸਤੀ ਸੀ ਉਹ, ਕਿਹੜੀ ਨਹੀਂ। ਕਲਾਕਾਰ ਤਾਂ ਕਦੇ ਕਿਹਾ ਹੀ ਨਹੀਂ ਅਸੀਂ। ਰੱਬੀ ਰੂਹ ਕਹਿ ਸਕਦੇ? ਹਾਂਜੀ ਹਾਂ, ਰੱਬੀ ਰੂਹ ਸੀ। ਦੁਨੀਆ ਨੇ ਧੋਖਾ ਕੀਤਾ ਉਹਦੇ ਨਾਲ, ਹੋਰ ਇਸ ਤੋਂ ਉੱਪਰ ਕੀ ਹੋ ਸਕਦਾ? ਦੇਖੋ ਕਿਵੇਂ ਭੈਣ ਚਰਨ ਕੌਰ ਕਿਵੇਂ ਤੜਫ ਰਹੀ ਹੈਗੀ। ਤੁਸੀਂ ਵੀ ਇੱਕ ਮਾਂ ਹੋ, ਉਹ ਦਰਦ ਜਿਹੜਾ, ਚਰਨ ਕੌਰ ਮੈਨੂੰ ਬਹੁਤ ਤਕਲੀਫ ਹੁੰਦੀ ਹੈਗੀ, ਕੋਈ ਹਿਸਾਬ ਨਹੀਂ ਹੈਗਾ ਬੜਾ। ਮੈਂ ਤਾਂ ਸਾਲ ਹੋ ਗਏ ਬੇਟੇ ਬਿਮਾਰ ਪਈ ਹਾਂ, ਕਿਉਂਕਿ ਮੈਨੂੰ ਰੋਕੀ ਵੀ ਜਾਂਦੇ ਆ ਬੱਚੇ, ਪਰ ਨਹੀਂ ਰੋਕਿਆ ਜਾਂਦਾ। ਇੱਥੇ ਆਉਣਾ ਹੀ ਆਉਣਾ ਹਰ ਸੰਡੇ। ਇੱਕ ਮਾਂ ਦਾ ਦੁੱਖ ਸਮਝ ਸਕਦੇ ਹਾਂ, ਉਹ ਜਿਹੜਾ ਤੁਹਾਡੀ ਅੱਖਾਂ 'ਚੋਂ ਬਿਆਨ ਹੋ ਰਿਹਾ, ਮਾਤਾ ਦੀ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਹੈ। ਇਹ ਭਾਵੁਕ ਪਲ ਨੇ, 1 ਸਾਲ ਹੋ ਗਿਆ, ਕੋਈ ਨਹੀਂ ਰੋਂਦਾ ਕਿਸੇ ਪਿੱਛੇ 1 ਸਾਲ ਤੱਕ। ਇਹ ਸਿੱਧੂ ਨੇ ਪਿਆਰ ਖੱਟੇ ਆ, ਦੇਖ ਲਓ ਤੁਸੀਂ ਸ਼ਰਧਾ ਦੇ ਫੁੱਲ, ਜਿੰਨੇ ਵੀ ਫੈਨ ਨੇ ਇੱਥੇ ਪਹੁੰਚ ਰਹੇ ਨੇ, ਅਤੇ ਮਾਤਾ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਮਾਤਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਮਾਨਸਾ ਤੋਂ ਆਏ। ਮਾਨਸਾ ਤੋਂ? ਹਾਂਜੀ। ਅੱਜ 1 ਸਾਲ ਹੋ ਗਿਆ, ਅੱਖਾਂ 'ਚ ਹੰਝੂ ਨੇ ਹਰ ਇੱਕ ਦੇ। ਥੈਂਕ ਯੂ ਜੀ। ਬੜਾ ਦੁੱਖ ਹੈ ਸਰ, ਬੱਚੇ ਦਾ ਤਾਂ ਬੜਾ ਦੁੱਖ। ਸਾਡੀ ਰੋਟੀ ਨਹੀਂ ਪੱਕੀ, ਬੱਚਿਆਂ ਨੇ ਰੋਟੀ ਨਹੀਂ ਖਾਧੀ ਜਿੱਦੇ ਕੰਮ ਹੋ ਗਿਆ। ਅੱਜ 1 ਸਾਲ ਹੋ ਗਿਆ ਭੈਣ ਜੀ, ਕਿਵੇਂ ਦੇਖਦੇ ਹੋ? ਬਸ ਦੇਖਿਆ ਨਹੀਂ ਜਾਂਦਾ ਜੀ, ਦੇਖਿਆ ਨਹੀਂ ਜਾਂਦਾ ਜੀ। ਮੇਰੇ ਬੇਟੇ ਨੇ ਰੋਟੀ ਨਹੀਂ ਖਾਧੀ 3 ਸਾਲ। ਅੱਜ ਨਾਲ ਆਇਆ ਉਹ? ਸਕੂਲ ਗਏ ਨੇ ਜੀ। ਕੋਈ ਰੋਂਦਾ ਨਹੀਂ ਕਿਸੇ ਵਾਸਤੇ, ਪਰ ਇਹ ਨਹੀਂ ਕੀ ਖਿੱਚ ਪਾਈ ਸੀ ਸਿੱਧੂ ਨਾਲ, ਕਿੰਨੀ ਅਟੈਚਮੈਂਟ, ਮਤਲਬ ਕਿਵੇਂ ਹੋ ਗਈ ਲੋਕਾਂ ਦੀ, ਕੀ ਖਾਸ ਲੱਗਦਾ? ਖਾਸ ਤਾਂ ਕੋਈ ਲੱਗਦਾ ਨਹੀਂ ਬੇਟਾ, ਬਸ ਇੰਨੇ ਇਹਦਾ ਦੁੱਖ ਹੀ ਇੰਨਾ ਹੋਇਆ ਬੱਚੇ ਦਾ, ਵੀ ਇਕੱਲਾ ਇਕੱਲਾ ਬੱਚਾ ਸੀ, ਬਹੁਤ ਮਾੜਾ ਕੰਮ ਹੋਇਆ, ਬਹੁਤ ਹੀ ਜ਼ਿਆਦਾ ਹੀ। ਇੱਥੇ ਇਕੱਠ ਗਵਾਹੀ ਭਰਦਾ, ਬੱਚਾ ਬੱਚਾ ਯਾਦ ਕਰਦਾ, ਜਿਵੇਂ ਤੁਸੀਂ ਦੱਸਿਆ ਤੁਹਾਡੇ ਬੱਚੇ ਨੇ ਰੋਟੀ ਨਹੀਂ ਖਾਧੀ। ਲੱਗਦਾ ਸੀ ਵੀ ਅਜੇ ਜਿਹੜੇ ਬੁਲੰਦੀਆਂ ਨੂੰ ਛੂੰਹਦੇ ਨੇ ਉਹਨਾਂ ਨੂੰ ਮਾਰ ਦੇਣਾ ਚਾਹੀਦਾ, ਜਿਵੇਂ ਮਾਰਿਆ ਬੇਰਹਿਮੀ ਦੇ ਨਾਲ। ਹਾਂਜੀ ਹਾਂਜੀ, ਜ਼ਰੂਰ ਮਾਰ ਦੇਣਾ ਚਾਹੀਦਾ ਬਹੁਤ। ਹਾਂਜੀ, ਉਹਨਾਂ ਨੇ ਇਹਨੂੰ ਨਹੀਂ ਮਾਰਿਆ, ਲੱਖਾਂ ਮਾਵਾਂ ਨੂੰ ਮਾਰਤਾ। ਹਰ ਦਿਨ ਕਿੰਨੇ ਕਿੰਨੇ ਘੰਟੇ ਦੇਖੀ ਜਾਈਦੇ ਆ ਫੋਟੋ, ਅੱਜ ਕੋਈ ਇਨਸਾਫ ਮਿਲੂ, ਅੱਜ ਮਿਲੂ, ਨਹੀਂ ਮਿਲਦਾ। ਸਾਡੇ ਘਰ ਦੀ ਸਵੇਰ ਇਹਦੇ ਗਾਣਿਆਂ ਤੋਂ ਸ਼ੁਰੂ ਹੁੰਦੀ, ਮੇਰੇ 2 ਬੱਚੇ ਆ, ਅਸੀਂ ਦਿੱਲੀ ਰਹਿੰਦੇ ਹਾਂ, ਅਤੇ ਸ਼ਾਮ ਵੀ ਇਹਦੇ ਗਾਣਿਆਂ ਤੋਂ। IPS ਦੀ ਤਿਆਰੀ ਕਰਦਾ ਮੇਰਾ ਬੇਟਾ, ਇਹਦੇ ਗਾਣੇ ਲਾ ਕੇ ਪੜ੍ਹਦਾ। ਆਉਣਾ ਉਹਨੇ ਜ਼ਰੂਰ ਸੀ, ਪਰ ਲੇਟ ਹੋ ਗਿਆ, ਆਉਣ 'ਚ ਦੁੱਖ ਬਿਆਨ ਨਹੀਂ ਕਰ ਸਕਦੇ। ਬਸ ਕੀ ਕਹੀਏ, ਕੀ ਕਹੀਏ ਕਿ ਇਹਦਾ ਇਹਨੂੰ ਨਹੀਂ ਮਾਰਿਆ। ਬਸ ਅਸੀਂ ਹਰ ਰੋਜ਼ ਪਲ ਪਲ ਮਰ ਗਏ, ਇੱਕ ਇੱਕ ਪਲ ਪਲ ਹੀ ਮਰ ਗਏ ਅਸੀਂ।
ਅਸੀਂ ਹੁਣ ਖਾਣੇ ਵੀ ਆ ਕੱਪੜੇ ਵੀ ਪਾਉਣੇ ਆ ਕੋਈ ਜ਼ੋਰ ਹੀ ਨਹੀਂ ਤੁਸੀਂ ਤੁਸੀਂ ਵੀ ਇੱਕ ਮਾਂ ਹੋ ਉਹ ਮਾਂ ਤੇ ਕੀ ਬੀਤਦੀ ਇੱਕ ਸਾਲ ਹੋ ਗਿਆ ਪੁੱਤ ਨੂੰ ਗਏ ਨੂੰ ਅੱਜ ਵੀ ਉਹ ਲੋਕਾਂ ਦੇ ਸਾਹਮਣੇ ਉਹਨਾਂ ਦੇ ਫੈਨ ਸਾਹਮਣੇ ਹੱਸਦਾ ਚਿਹਰਾ ਰੱਖਦੀ ਪਰ ਅੰਦਰੋਂ ਕਿਤੇ ਨਾ ਕਿਤੇ ਰੋਂਦੀ ਹੈ ਕਰਨਾ ਕੀ ਚਾਹੀਦਾ ਜਿਹੜੇ ਇੰਨਾ ਬੈਰ ਰੱਖਦੇ ਆ ਜਿਹੜੇ ਨੌਜਵਾਨ ਤਰੱਕੀ ਕਰਦੇ ਉਹਨਾਂ ਦੇ ਨਾਲ ਇਹਨਾਂ ਨਾਲ ਕੀ ਕਰਨਾ ਚਾਹੀਦਾ ਹੈ ਜੋ ਇਹ ਬੱਚਿਆਂ ਨਾਲ ਕਰਾ ਰਹੇ ਨੇ ਉਹ ਕੁਛ ਇਹਨਾਂ ਨਾਲ ਹੋਣਾ ਚਾਹੀਦਾ ਇਹ ਮਾਵਾਂ ਦੇ ਸਾਹਮਣੇ ਕਰ ਦੇਣ ਇਹਨਾਂ ਨੂੰ ਅਸੀਂ ਕਹਿੰਦੇ ਵੀ ਸਾਡੇ ਸਾਹਮਣੇ ਕਰੋ ਇਹਨਾਂ ਨੂੰ ਅਸੀਂ ਦੱਸਾਂਗੇ ਵੀ ਕੀ ਅਸੀਂ ਕੀ ਕਰਦੀਆਂ ਇਹਨਾਂ ਨਾਲ ਹੁਣ ਪਰ ਅਸਲ ਪਤਾ ਨਹੀਂ ਚੱਲ ਰਿਹਾ ਨਾ ਅਸਲ ਨਹੀਂ ਪਤਾ ਚੱਲ ਰਿਹਾ ਨਾ ਕਿਹਨੇ ਕਾਂਡ ਕਰਵਾਇਆ ਇਹ ਤਾਂ ਜਿਹੜੇ ਹੈਗੇ ਤਾਂ ਪਹਿਲਾਂ ਵੀ ਅੰਦਰ ਹੀ ਸੀਗੇ ਕਿਵੇਂ ਆਏ ਮਨ ਨੂੰ ਸ਼ਾਂਤੀ ਆਜੂਗੀ ਵੀ ਇਹ ਤਾਂ ਉੱਥੇ ਦੇ ਉੱਥੇ ਬੈਠੇ ਆ ਪਤਾ ਤਾਂ ਚੱਲੇ ਅਸੀਂ ਵੀ ਚਾਹੁੰਦੇ ਹਾਂ ਪਤਾ ਤਾਂ ਚੱਲੇ ਕੀ ਗੱਲ ਆ ਬਿਲਕੁਲ ਇਹ ਮਾਤਾਵਾਂ ਹਰ ਇੱਕ ਮਾਂ ਦੀ ਅੱਖ 'ਚ ਹੰਝੂ ਕਿਉਂ ਹੈ ਕਿਉਂਕਿ ਇੱਕ ਮਾਂ ਦੀ ਕੁੱਖ ਸੁਣੀ ਹੋਈ ਹੈ ਇੱਕ ਸਾਲ ਹੋ ਗਿਆ ਉਹ ਮਾਂ ਫੈਨ ਦੇ ਸਾਹਮਣੇ ਤਾਂ ਹੱਸਦੀ ਹੈ ਪਰ ਮਾਤਾਵਾਂ ਦੇ ਅੱਖਾਂ ਦੇ ਵਿੱਚ ਹੰਝੂ ਸਾਫ਼ ਬਿਆਨ ਕਰਦੇ ਆ ਵੀ ਦੁੱਖ ਕਿੰਨਾ ਉਸ 'ਤੇ ਚਲੇ ਜਾਣ ਦਾ ਇੱਕ ਸਾਲ ਹੋ ਗਿਆ ਪਰ ਇਨਸਾਫ਼ ਅਧੂਰਾ ਇਨਸਾਫ਼ ਦੀ ਲੜਾਈ ਪਰਿਵਾਰ ਲੜ ਰਿਹਾ ਇਨਸਾਫ਼ ਦੀ ਲੜਾਈ ਜਿਹੜੇ ਫੈਨ ਇੱਥੇ ਪਹੁੰਚ ਰਹੇ ਨੇ ਉਹ ਵੀ ਇਨਸਾਫ਼ ਮੰਗ ਰਹੇ ਨੇ ਅਤੇ ਲਗਾਤਾਰ ਇਨਸਾਫ਼ ਦੀ ਲੜਾਈ ਨੂੰ ਲੈ ਕੇ ਅੱਗੇ ਵਧਿਆ ਜਾ ਰਿਹਾ ਅੱਜ ਸ਼ਾਮ ਨੂੰ ਕੈਂਡਲ ਮਾਰਚ ਵੀ ਹੈ ਪਰਿਵਾਰ ਆਪਣੀ ਲੜਾਈ ਜਾਰੀ ਕਰਕੇ ਬੈਠਾ ਅਤੇ ਫੈਨਸ ਵੀ ਉਸੇ ਉਮੀਦ ਦੇ ਉੱਪਰ ਬੈਠੇ ਨੇ ਵੀ ਇਨਸਾਫ਼ ਮਿਲੂਗਾ ਹੁਣ ਦੇਖਣਾ ਹੈ ਵੀ ਇਨਸਾਫ਼ ਕਦੋਂ ਮਿਲਦਾ ਅਤੇ ਕਿਵੇਂ ਮਿਲਦਾ ਕੈਮਰਾਮੈਨ ਬਨੀਸ਼ ਦੇ ਨਾਲ ਪਰਮਦੀਪ ਰਾਣਾ ਜਗਬਾਣੀ ਟੀ ਵੀ ਮਾਨਸਾ